ਇਹ ਤੱਕ ਕਮਾਉਣੀ ਪੈਣੀ ਹੈ ਜਿਵੇਂ ਜੌਬ ਕਰੂੰਗਾ ਤਾਂ ਕੁਛ ਨਿਕਦਮ ਪੌਣ ਨੂੰ 5-10 ਸਾਲਾਂ ਹੀ ਗੋਡੇ ਘੜੀ ਸੀ ਜਾਊਗਾ ਤਾਂ ਕਿਤੇ ਜਾ ਕੇ ਮੈਂ ਸੋਚਿਆ ਵੀ ਯਾਰ ਫਾਈਨਲੀ ਵੀ ਸ਼ੇਅਰ ਮਾਰਕੀਟ ਮੈਨੂੰ ਠੀਕ ਲੱਗੀ ਵੀ ਇਹ ਕਹਿ ਜੀ ਜਗ੍ਹਾ ਜਿੱਥੋਂ ਮੈਂ ਜਿੰਨੇ ਮਰਜ਼ੀ پیسے ਕਮਾ ਸਕਾਂ ਮੈਨੂੰ ਆ ਲੱਗਦਾ ਮੈਂ ਜੌਬ 'ਚ ਹੁੰਦਾ ਤਾਂ ਮੈਂ ਅੱਜ ਕਿਤੇ ਵੀ ਨਹੀਂ ਹੁੰਦਾ ਤੇ ਜਿਹੜੇ ਲੈਵਲ ਤੇ ਮੈਂ ਹੋਣਾ ਮੈਂ ਕਦੇ ਪਹੁੰਚ ਹੀ ਨਹੀਂ ਸਕਦਾ ਸੀ ਹੋ ਸਕਦਾ ਮੈਂ 30-40 ਸਾਲਾਂ ਬਾਅਦ ਵੀ ਉੱਥੇ ਨਾ ਪਹੁੰਚ ਲਵਾਂ ਵਾਹ ਜੀ ਜੇ ਤੁਸੀਂ ਮੈਨੂੰ ਕਿਸੇ ਤੋਂ ਸਿੱਖਦੇ ਹੋ ਵਧੀਆ ਤਰੀਕੇ ਨਾਲ ਤੇ ਫਿਰ ਪ੍ਰੈਕਟਿਸ ਕਰਦੇ ਹੋ ਫਿਰ ਮੇਰੇ ਹਿਸਾਬ ਨਾਲ ਇਹ 3 ਤੋਂ 6 ਮਹੀਨੇ ਦਾ ਪ੍ਰੋਸੈਸ ਹੈ ਠੀਕ ਹੈ ਇੰਨਾ ਟਾਈਮ ਤਾਂ ਲੱਗਦਾ ਠੀਕ ਹੈ ਪਰ ਆਿਆਂ ਵੀ 3 ਤੋਂ 6 ਮਹੀਨੇ ਤੁਸੀਂ ਲਾ ਕੇ ਉਦੋਂ ساری ਉਮਰ ਕਮਾਉਂਦੇ ਹੋ ਠੀਕ ਆਪਾਂ ਜਿਹੜਾ ਦੇ ਐਜੂਕੇਸ਼ਨ ਸਿਸਟਮ 'ਚ ਜਾਂਦੇ ਆ ਤਾਂ ਅਸੀਂ ਆਮ ਤੌਰ 'ਤੇ ਚੱਲੂ ਵੀ ਘੱਟੋ ਘੱਟ ਆਪਾਂ 21-22 ਸਾਲਾਂ ਤੱਕ ਪੜ੍ਹਦੇ ਆ ਬਿਲਕੁਲ ਬਿਲਕੁਲ ਫਿਰ ਜਾ ਕੇ ਆਪਾਂ ਨੂੰ ਕੋਈ 30-35 ਆਬੀ ਜੋਬ ਮਿਲਦੀ ਆ ਉਹ ਵੀ ਕਿਸੇ ਨੂੰ ਮਿਲਦੀ ਆ ਕਿਸੇ ਨੂੰ ਨਹੀਂ ਮਿਲਦੀ ਪਰ ਇਹ ਚੀਜ਼ ਤੁਸੀਂ 6 ਮਹੀਨੇ ਜਾਂ ਸਾਲ ਲਾ ਲਿਆ ਤੇ ਸਿੱਖ ਗਏ ਫਿਰ ساری ਉਮਰ ਸੈਲਰੀ ਦੀ ਲਿਮਿਟ ਹੋ ਸਕਦੀ ਹੈ ਪਰ ਇਹਦੀ ਕੋਈ ਲਿਮਿਟ ਨਹੀਂ ਠੀਕ ਆ ਤਿਹਾਰ ਹੋ ਗਏ ਜਿੱਦ ਤੱਕ ਆਪਾਂ ਦੀਵਾਲੀ ਨੂੰ ਵੱਡਾ ਤੇਹਰ ਮੰਨਦੇ ਆਪਾਂ ਉਦੋਂ ਕਹਿੰਦੇ ਇੰਨੀ ਜ਼ਿਆਦਾ ਸ਼ੇਅਰ ਮਾਰਕੀਟ ਮਤਲਬ ਘੁੰਦੀ ਆ ਕਹਿਣ ਦਾ ਭਾਬਾ ਲੋਕ ਖਰੀਦਦੇ ਨੇ ਪਰ ਆਮ ਲੋਕੋ ਨੂੰ ਜੂਆ ਮੰਨਦੇ ਨੇ ਅੱਜ ਯਾਰ ਕਰੋੜਾਂ ਰੁਪਏ ਦਾ ਯਾਰ ਰੁਪਏ ਦਾ ਜੂਆ ਲੱਗ ਜੂ ਉਹ ਲੋਕ ਉਹ ਤਿਹਾਰ ਵਾਲੇ ਦਿਨ ਹੀ ਕਿਉਂ ਖਰੀਦਦੇ ਨੇ ਇੰਨੀ ਜ਼ਿਆਦਾ ਦੇਖੋ ਆਪਣੇ ਜਿਹੜਾ ਤਿਹਾਰ ਵਾਲੇ ਦਿਨ ਖਰੀਦੀ ਜਾਂਦਾ ਉਹ ਦੀਵਾਲੀ ਆ ਹਾਂਜੀ ਹਾਂ ਦੀਵਾਲੀ ਦਾ ਤਿਹਾਰ ਮਤਲਬ ਆਪਣੀ ਮਤਲਬ ਇੰਡੀਅਨ ਕਮਿਊਨਿਟੀ ਦੇ ਵਿੱਚ ਆਪਾਂ ਮੰਨਦੇ ਵੀ ਲਕਸ਼ਮੀ ਦਾ ਦਿਨ ਵੀ ਮਤਲਬ ਪੈਸੇ ਦਾ ਦਿਨ ਆ ਉਹ ਤੇ ਈਵਨ ਉਸ ਦਿਨ ਮਾਰਕੀਟ ਜੇ ਸੀ ਸੰਡੇ ਵੀ ਹੁੰਦਾ ਨਾ ਤਾਂ ਸੰਡੇ ਨੂੰ ਵੀ 1 ਘੰਟੇ ਵਾਸਤੇ ਮਾਰਕੀਟ ਖੋਲਦੀ ਆ ਓਕੇ ਉਹਨੂੰ ਮਹੂਰਤ ਟਰੇਡਿੰਗ ਕਹਿੰਦੇ ਆ ਠੀਕਾ ਉਹਦੇ ਵਿੱਚ ਲੋਕਾਂ ਦੀ ਇਹ ਸੋਚ ਨਾ ਲਾਉਂਦੇ ਨੇ ਵੀ ਯਾਰ ਮੈਂ ਅੱਜ ਇਨਵੈਸਟਿੰਗ ਕਰਨੀ ਆ ਨਾ ਕਿ ਟਰੇਡਿੰਗ ਕਰਨੀ ਆ ਵੀ ਅੱਜ ਮੈਂ ਪੈਸੇ ਲਾਉ ਆਦ ਵਿੱਚੂਗਾ ਮੈਂ ਆਪ ਵੀ ਜਦੋਂ ਦਿਵਾਲੀ ਆਈ ਸੀਗੀ ਤਾਂ ਮੈਂ ਇੱਕ ਸ਼ੇਅਰ ਲਿਆ ਸੀ ਮੇ ਨਾਮ ਵੀ ਦਾਸ ਦੇਣਾ 골ਡੀਅਮ ਸ਼ੇਅਰ ਲਿਆ ਸੀ ਮੈਂ ਠੀਕ ਹੈ 143 ਰੁਪਏ ਦੇ ਠੀਕ ਆ ਤੇ ਉਹਨੂੰ ਮੈਂ ਲਗਭਗ ਅਮਰਚਲ ਵੀ 10 ਦਿਨਾਂ ਦੇ ਵਿੱਚ 15 ਦਿਨਾਂ ਦੇ ਵਿੱਚ 182 ਰੁਪਏ ਤੇ ਕੱਟਤਾ ਓਕੇ ਤੇਨੇ ਕੋਲ ਦੇਖ ਕੇ ਲਾਈਨ ਕਿ ਤਾ ਖਰਾਬ ਨਾ ਕਰ ਦੇ ਤਾਂ ਮਤਲਬ ਮੈਂ ਤਾਂ ਦੋਸਤਾਂ ਮਿੱਤਰਾਂ ਨੂੰ ਬਾਹਲਾ ਦੱਸੇ ਨਹੀਂ ਜਿਨ੍ਹਾਂ ਨੂੰ ਮਾੜਾ-ਮੋਟਾ ਕਿਸੇ ਨੂੰ ਪਤਾ ਸੀਗਾ ਤਾਂ ਉਹ ਬਸ ਆਏ ਸੀ ਵੀ ਮੂੰਹ ਤੇ ਕੁਝ ਨਹੀਂ ਕਹਿੰਦੇ ਸੀ ਪਿੱਠ ਪਿੱਛੇ ਸ਼ਾਇਦ ਕੁਝ ਬਹੁਤ ਕੁਝ ਕਹਿੰਦੇ ਹੋਰਗੇ ਵੀ ਇਹ ਕੀ ਕਰੀ ਜਾਂਦਾਗਾ ਪਰ ਅੱਜ ਉਹੀ ਦੋਸਤ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਵੀ ਉਹ ਮੈਨੂੰ ਪੁੱਛਦੇ ਨੇ ਵੀ ਯਾਰ ਅਸੀਂ ਕਿਹੜੇ ਸ਼ੇਅਰ ਚ ਪੈਸੇ ਲਾਈਏ ਹਾਂਜੀ ਤੇ ਉਹ ਲੋਕ ਜਿਹੜੇ ਕੈਨੇਡਾ ਬੈਠੇ ਨੇਗੇ ਠੀਕ ਆ ਉਹ ਕੈਨੇਡਾ ਤੋਂ ਵੀ ਫੋਨ ਕਰਦੇ ਨੇਗੇ ਵੀ ਯਾਰ ਜਾਂ ਤਾਂ ਸਾਡੇ ਪੈਸੇ ਫੜ ਕੇ ਲਾ ਦੇ ਵੀ ਜਾਂ ਸਾਨੂੰ ਆਹ ਦੱਸ ਦੇ ਵੀ ਅਸੀਂ ਕਿੱਥੇ ਲਾਈਏ ਕਿਵੇਂ ਲਾਈਏ ਵੀ ਤੂੰ ਯਾਰ ਕਰ ਕੋ ਸਾਡਾ 4-5 ਪੈਸਾ ਨੂੰ ਵਧੀਆ ਬਣ ਜਾਣਗੇ ਤੇ ਉਹੀ ਦੋਸਤ ਨੇ ਜਿਹੜੇ ਕਿਸੇ ਟਾਈਮ ਤੇ ਆ ਕੇ ਸੁਣਦੇ ਉਹ ਵੀ ਯਾਰ ਇਹਨੂੰ ਤੋਂ ਇਦਾਂ ਕੇ ਸੂਰ ਪਾਸੇ ਤੋਂ ਗਲਤ ਗੱਲ ਤੋਂ ਬਰਬਾਦ ਹੋ ਜੂਗਾ ਇਹ ਸੰਗ ਤੇ ਗਲਤ ਸਾਂ ਹਾਂ ਅਜੇ ਵੀ ਮੇਰੇ ਕਈ ਰਿਸ਼ਤੇਦਾਰ ਸੋਚਦੇ ਨੇ ਮੈਨੂੰ ਮਤਲਬ ਜਦੋਂ ਕਿ ਮੈਂ ਵਧੀਆ ਲੈਵਲ ਤੇ ਆ ਫਿਰ ਵੀ ਉਹ ਕਈ ਵਾਰ ਸੋਚਣਗੇ ਉਹ ਵੀ ਤੂੰ ਹਰਸ਼ ਦੇਖ ਕੇ ਮਾੜਾ ਜਾ ਤੇ ਹੋਰ ਨਾ ਗੜਬੜ ਕਰਨੀ ਕਿਹਾ ਉਹਨਾਂ ਨੇ ਕਿਉਂਕਿ ਉਹਨਾਂ ਨੇ ਸੁਣਿਆ ਹੀ ਉਹ ਆ ਸ਼ੇਅਰ ਮਾਰਕੀਟ ਵਾਲਾ ਉਹ ਜੂਆ ਜਿਆਦੇ ਸ਼ਬਦ ਜਮਾ ਉਹ ਲੋਕਾਂ ਨੇ ਜੂਆ ਸੁਣਿਆ ਤੇ ਜੂਆ ਮੰਨ ਲਿਆ ਤੇ ਗੱਲ ਖਤਮ ਕਰ ਗਏ ਉਹਨੂੰ ਕਦੇ ਚੀਜ਼ ਦੇਖੀ ਨਹੀਂ ਵੀ ਤੁਸੀਂ 100 ਰੁਪਏ ਲਾ ਕੇ ਤਾਂ ਦੇਖੋ ਕਦੇ ਵੀ ਚੀਜ਼ ਚੀਜ਼ ਆਉਂ ਨਹੀਂ ਦੇਖਿਆ ਲੋਕਾਂ ਨੇ ਤੇ ਤੇ ਦੋਸਤੋ ਅੱਜ ਦੀ ਵੀਡੀਓ ਤੇ ਉਹ ਹੈਗੇ ਜਿਵੇਂ ਆਪਾਂ ਸ਼ੇਅਰ ਬਿਜਾਰ ਦੀ ਗੱਲ ਕਰੀਏ ਤੇ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜਿਵੇਂ ਅਸੀਂ ਜੇ ਇੱਕ ਪਿੰਡ ਲੈਵਲ ਦੀ ਗੱਲ ਕਰੀਏ ਲੋਕ ਸ਼ੇਅਰ ਮਾਰਕੀਟ ਨੂੰ ਜਾਂ ਸ਼ੇਅਰ ਬਿਜਾਰ ਨੂੰ ਜੂਆ ਵੀ ਦੱਸਦੇ ਨੇ ਕਿ ਇਹ ਜੂਏ ਵਿੱਚ ਪਾਇਨਾ ਨਹੀਂ ਚਾਹੀਦਾ ਜਦ ਕਿ ਇਸ ਦੇ ਜਰੀਏ ਜਾਂ ਇਸ ਦੇ ਸਿਰ ਤੇ ਗੱਲ ਕਰੀ ਆਪਾਂ ਤੇ ਤਾਂ ਬਹੁਤ ਲੋਕ ਕਾਮਯਾਬ ਹੋਏ ਨੇ ਇੱਕ ਗਰਾਊਂਡ ਲੈਵਲ ਤੋਂ ਉੱਠ ਕੇ ਟਾਪ ਲੈਵਲ ਤੇ ਪਹੁੰਚੇ ਨੇ ਅਕਸਰ ਅਸੀਂ ਦੇਖਦੇ ਹਾਂ ਜਦੋਂ ਕੋਈ ਅਸੀਂ ਥੋੜੇ ਹਾਈ ਲੈਵਲ बिजनेसमੈਨਾਂ ਦੀ ਗੱਲ ਕਰੀਏ ਸਾਹਮਣੇ ਤੇ ਦਿਵਾਲੀ ਵਾਲੇ ਦਿਨ ਲੋਕ ਬਹੁਤ ਜ਼ਿਆਦਾ ਸ਼ੇਅਰ ਖਰੀਦਦੇ ਨੇ ਪਰ ਲੋਕ ਜੂਆ ਖੇਡ ਰਹੇ ਨੇ ਉਹ ਜੂਆ ਨਹੀਂ ਹੁੰਦਾ ਬਾਈ ਜੀ ਉਹ ਇੱਕ ਬਾਜ਼ਾਰ ਦੇ ਵਿੱਚ ਇੱਕ ਤੇ ਇਨਵੈਸਟਮੈਂਟ ਕਰ ਰਹੇ ਨੇ ਉਹਦੇ ਪਿੱਛੇ ਬਹੁਤ ਚੀਜ਼ਾਂ ਸਿੱਖਣ ਦੀ ਲੋੜ ਹੁੰਦੀ ਆ ਸੋ ਅੱਜ ਸਾਡੇ ਨਾਲ ਬਾਈ ਹਰਸ਼ੀ ਤੇ ਬਰਨਾਲੇ ਤੋਂ ਇਸ ਚੈਨਲ ਨਾਲ ਜੁੜੇ ਨੇ ਉਹਨਾਂ ਕੋਲ ਪਿਛਲੇ ਕਾਫੀ ਸਾਲਾਂ ਦਾ ਐਕਸਪੀਰੀਅੰਸ ਆ ਬਾਈ ਇੱਕ ਨਾਰਮਲ ਪਰਿਵਾਰ ਨੂੰ ਬਿਲੋਂਗ ਕਰਦੇ ਨੇ ਠੀਕ ਆ ਕੋਈ ਟਾਈਮ ਆਈ ਹੈਜ਼ ਹੀ ਬਾਈਕ ਸਕੂਟਰ ਲੈਣ ਜੋ ਗਰੇ ਵੀ ਪੈਸੇ ਨਹੀਂ ਸੀ ਜਾਂ ਪਰ ਬਾਈ ਕਹਿੰਦਾ ਵੀ ਮੈਂ ਇਹ ਨਹੀਂ ਕਰਨਾ ਤਾਂ ਮੈਂ ਗੱਡੀਆਂ ਕਾਰਾਂ ਚ ਘੁੰਮਣਾ ਜਾਂ ਜਹਾਜ਼ਾਂ ਦਾ ਸਫ਼ਰ ਕਰਨਾ ਤੇ ਉਹ ਬਾਈ ਐਟ ਪ੍ਰੈਜ਼ੈਂਟ ਉੱਥੇ ਪਹੁੰਚ ਗਏ ਆਓ ਬਾਈ ਨਾਲ ਆਪਾਂ ਬਿਲਕੁਲ ਡੂੰਘੀਆਂ ਗੱਲਾਂ ਕਰਾਂਗੇ ਜਿਹੜੀਆਂ ਆਪਣੇ ਕੰਮ ਆਉਣ ਤੇ ਜੇ ਆਪਣੇ ਕੋਲ ਪੈਸਾ ਆਪਾਂ ਹੋਰ ਥਾਂਵੇਂ ਇਨਵੈਸਟਮੈਂਟ ਕਰਨ ਦੀ ਵੀ ਜਾਏ ਤਾਂ ਥੋੜਾ ਥੋੜਾ ਇੱਧਰ ਵੀ ਲਾ ਕੇ ਦੇਖੀ ਤੇ ਉਹਦੇ ਵਿੱਚ ਕੁਝ ਸਾਵਧਾਨੀਆਂ ਨੇ ਜਿੱਦੇ ਕਰਕੇ ਆਪਾਂ ਨੂੰ ਉਹ ਰੱਖਣ ਦੀ ਲੋੜ ਪੈਂਦੀ ਸੋ ਆਓ ਬਾਈ ਦਾ ਸਵਾਗਤ ਸੱਸੀ ਦਾ ਬਾਈ ਜੀ ਸੱਸੀ ਦਾ ਜੀ ਕੀ ਹਾਲ ਚਾਲ ਬਹੁਤ ਧੀ ਅਰਦੀ ਗਲਾ ਪੂਰੀ ਬੀ ਤੇ ਬਾਈ ਜੀ ਸਾਡੇ ਆਮ ਜਿਵੇਂ ਅਸੀਂ ਪਿੰਡਾਂ ਦੀ ਗੱਲ ਕਰੀਏ ਜਾਂ ਆਮ ਲੋਕਾਂ ਦੀ ਗੱਲ ਕਰੀਏ ਹਾਂਜੀ ਵੀ ਸ਼ੇਅਰ ਮਾਰਕੀਟ ਨੂੰ ਲੋਕ ਜੂਆ ਕਹਿੰਦੇ ਨੇ ਕਿ ਇਹ ਬਾਕੀ ਸੱਚਾ ਚ ਇਹਦੇ ਪਿੱਛੇ ਅਸਲੀ ਸਜਾਈ ਕੀ ਆ ਜੂਆ ਕੀ ਹੁੰਦਾ ਮੈਂ ਪਹਿਲਾਂ ਵੀ ਜੋ ਸਟਾਕ ਤੇ ਜਦੋਂ ਗੱਲ ਹੋਈ ਉਦੋਂ ਵੀ ਦੱਸਿਆ ਸੀਗਾ ਹੁੰਦਾ ਕਿ ਇਹਦੇ ਵਿੱਚ ਉਹ ਤੁਹਾਡੇ ਤੇ ਡਿਪੈਂਡ ਕਰਦਾ ਠੀਕ ਆ ਠੀਕ ਆ ਜੀ ਤੁਸੀਂ ਮਤਲਬ ਤੁਹਾਨੂੰ ਕਾਰ ਨਹੀਂ ਚਲਾਉਣੀ ਆਉਂਦੀ ਹਾਂ ਹਾਂ ਤੁਸੀਂ ਕਾਰ ਚਲਾਉਣ ਲੱਗੇ ਐਕਸੀਡੈਂਟ ਹੋ ਗਿਆ ਫਿਰ ਕਹੋ ਯਾਰ ਕਾਰ ਚਲਾਉਣੀ ਤਾਂ ਬਹੁਤ ਖਤਰਨਾਕ ਆ ਉਵੇਂ ਮਾਰਕੀਟ ਆ ਮਾਰਕੀਟ 'ਚ ਜਦੋਂ ਲੋਕ ਆਉਂਦੇ ਨੇ ਮੈਂ ਜਿੰਨਾਂ ਲੋਕਾਂ ਨੂੰ ਮਿਲਦਾ ਜਿਹੜੇ ਕਹਿੰਦੇ ਨੇ ਅਸੀਂ ਲਾਸ ਕੀਤਾ ਉਹ ਆਏ ਬਾਬਾ ਸਾਰਾ ਪੈਸਾ ਲਿਆਏ ਉਹਨਾਂ ਨੇ ਆ ਕੇ ਕੁਝ ਵੀ ਖਰੀਦ ਲਿਆ ਹੂੰ ਕਰੀ ਕੋਈ ਕੁਝ ਵੀ ਖਰੀਦ ਕੇ ਬਾਅਦ ਕੇ ਜਦ ਆਪ ਕਰੀਗੇ ট্রেਡਿੰਗ ਤੇ ਲਾਸ ਕਰ ਲਿਆ ਉਹਨਾਂ ਨੂੰ ਸਮਝ ਆਈ ਨਹੀਂ ਸੀ ਮਾਰਕੀਟ ਦੀ ਤੇ ਜਦੋਂ ਲਾਸ ਕਰ ਲਿਆ ਤਾਂ ਉਹਨਾਂ ਨੂੰ ਸਮਝ ਲੱਗਿਆ ਵੀ ਇਹ ਤਾਂ ਜੂਆਗਾ ਇੱਥੇ ਕੋਈ ਬੰਦਾ ਕਮਾ ਨਹੀਂ ਸਕਦਾ ਪਰ ਇਹ ਜੂਆ ਨਹੀਂ ਹੈਗਾ ਤੁਹਾਡੇ ਤੇ ਡਿਪੈਂਡ ਕਰਦਾ ਜੇ ਤੁਸੀਂ ਨੂੰ ਸਮਝ ਕੇ ਕਰਦੇ ਹੋ ਇਹਦਾ ਪ੍ਰਾਈਸ ਐਕਸ਼ਨ ਅਨਲਿਸਿਸ ਹੁੰਦਾਗਾ ਉਹ ਸਮਝਦੇ ਹੋ ਕੰਪਨੀਆਂ ਨੂੰ ਦੇਖਦੇ ਹੋ ਚੰਗੀ ਤਰ੍ਹਾਂ ਫਿਰ ট্রেਡਿੰਗ ਕਰੋਗੇ ਜਾਂ ਪੈਸਾ ਕਮਾਓਗੇ ਇਨਵੈਸਟਿੰਗ ਕਰੋਗੇ ਫਿਰ ਤਾਂ ਇਹ ਇਨਵੈਸਟਿੰਗ ਹੈ ਜੇ ਨਹੀਂ ਸਮਝੋਗੇ ਆਈਆਂ ਕੇ ਪੈਸਾ ਲਾ ਦੋਗੇ ਫਿਰ ਇਹ ਜੂਆਗਾ ਉਹ ਬੰਦੇ ਤੇ ਡਿਪੈਂਡ ਕਰਦਾ ਵੀ ਬੰਦਾ ਕਿਵੇਂ ਕਰਦਾ ਠੀਕ ਜੇ ਭਈ ਇਹਦੀ ਕਿਸੇ ਨੇ ਜਾਣਕਾਰੀ ਲੈਣੀ ਆ ਮੰਨ ਲਓ ਮੈਨੂੰ ਲੈਣੀ ਆ ਆਪਾਂ ਆਪਣੇ ਗੱਲ ਤੇ ਲੈਵਲ ਤੇ ਲਈਏ ਤਾਂ ਇਹ ਕਿੰਨੇ ਕੁ ਟਾਈਮ ਦਾ ਪ੍ਰੋਸੈਸ ਆ ਵੀ ਆਪਾਂ ਆਪਣੇ ਲੈਵਲ ਤੇ ਖੜੇ ਹੋ ਜੀ ਆਪਣੇ ਪੈਰਾਂ ਤੇ ਜਿੰਨੇ ਵੀ ਸਾਡੇ ਦੋਸਤ ਮਿੱਤਰ ਦੇਖ ਰਹੇ ਨੇ ਜੇਕਰ ਉਹ ਜਾਣਕਾਰੀ ਲੈਣਾ ਚਾਹੁੰਦੇ ਨੇ ਤਾਂ ਇਹ ਕਿੰਨੇ ਕੁ ਟਾਈਮ ਦਾ ਪ੍ਰੋਸੈਸ ਆ ਜਿਵੇਂ ਹਰੇਕ ਚੀਜ਼ ਆ ਕੋਈ ਨਾ ਕੋਈ ਪ੍ਰੋਸੀਜਰ ਹੁੰਦੀ ਆ ਸਾਲ ਸੀ ਮਹੀਨਿਆਂ ਦਾ ਜਾ ਕੇ ਤਾਂ ਦੇਖੋ ਮਤਲਬ ਜਦੋਂ ਵੀ ਆਪਾਂ ਕੋਈ ਚੀਜ਼ ਨਵੀਂ ਸਿੱਖਦੇ ਆ ਨਾ ਉਹਦਾ ਪ੍ਰੋਸੈਸ ਹੁੰਦਾ ਇੱਕ ਮੰਨ ਕੇ ਚੱਲੋ ਤੁਸੀਂ ਹੁਣ ਮੈਂ ਤੁਹਾਨੂੰ ਕਹਾਂ ਤੁਸੀਂ ਡਾਕਟਰ ਬਣਨਾ ਠੀਕ ਆ ਜੇ ਤੁਸੀਂ ਕਹੋਗੇ ਮੈਂ ਆਪਦੇ ਆਪ ਬੰਨਾ ਤਾਂ ਲੰਬਾ ਟਾਈਮ ਜਾਊਗਾ ਉਹਦੇ ਵਾਸਤੇ ਕੀ ਹੈ ਮਰ ਕੇ ਜਦੋਂ ਮੈਂ ਆਪਦੀ ਗੱਲ ਵੀ ਕਰਾਂ ਮੈਨੂੰ ਆਪ ਨੂੰ ਵੀ 3 ਸਾਲ ਲੱਗੇ ਘੱਟੋ ਘੱਟ ਜੀ ਉਹਦੇ ਵਿੱਚ ਕੀ ਸੀਗਾ ਪਹਿਲਾਂ ਮੈਂ ਕਿਤਾਬਾਂ ਉੱਪਰ ਪੜ੍ਹੀਆਂ ਠੀਕ ਆ ਠੀਕ ਹੈ ਥੋੜੀ ਬਹੁਤ YouTube ਤੇ ਵੀਡੀਓਜ਼ ਵੀ ਦੇਖੀਆਂ ਠੀਕ ਆ ਉਹ ਸਿੱਖਣ ਤੋਂ ਬਾਅਦ ਵੀ ਤੁਸੀਂ ਐ ਨਹੀਂ ਕਹਿ ਸਕਦੇ ਵੀ ਮੈਂ ਪੈਸੇ ਕਮਾ ਲਊਗਾ ਉਹਦੋਂ ਤੁਹਾਨੂੰ ਅਸਲੀ ਮਾਰਕੀਟ 'ਚ ਉਤਰਨਾ ਪੈਣਾ ਉੱਥੇ ਚੀਜ਼ਾਂ ਨੂੰ ਕਰਕੇ ਦੇਖਣਾ ਪੈਣਾ ਗਲਤੀਆਂ ਵੀ ਹੋਣਗੀਆਂ ਕੁਝ ਠੀਕ ਵੀ ਜਾਊਗਾ ਉਹ ਚੱਲਦਾ ਰਹਿੰਦਾ ਫਿਰ ਜੇ ਤੁਸੀਂ ਕਹੋਗੇ ਮੈਂ ਆਪਣੇ ਆਪ ਸਿੱਖਣਾ ਤਾਂ ਤੁਸੀਂ ਐ ਮੰਨ ਕੇ ਚੱਲ 6 ਮਹੀਨੇ ਸਾਲ ਤੋਂ ਲੈ ਕੇ ਉਦੋਂ ਵੱਧ ਦਾ ਟਾਈਮ ਵੀ ਲੱਗ ਸਕਦਾ ਠੀਕ ਆ ਪਰ ਜੇ ਤੁਸੀਂ ਕਿਸੇ ਤੋਂ ਸਿੱਖਦੇ ਹੋ ਹਾਂ ਹਾਂ ਉਹਦੇ ਵਿੱਚ ਫਰਕ ਹੀ ਪੈ ਜਾਂਦਾ ਮੰਨ ਕੇ ਚਲੋ ਤੁਸੀਂ ਕਿਸੇ ਡਾਕਟਰ ਕੋਲ ਚਲੇਗੇ ਵੀ ਇਹ ਮੈਨੂੰ ਕੰਮ ਸਿਖਾ ਦੋ ਹਾਂ 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 ਉਸ ਲੋਹ ਚ ਹੀ ਦੱਸੂਗਾ ਜਿਹੜੀ ਹੁੰਦੀ ਆ ਬਿਲਕੁਲ ਉਹਨੇ ਆਪਰੇਸ਼ਨ ਸਖਾਇਆ ਸੋ ਮੰਨ ਲਓ ਉਹਨੇ ਦੱਸ ਦਿੰਨਾ ਭਈ ਆਹ ਹਥਿਆਰ ਯੂਜ਼ ਕਰਨੇ ਐ ਕਰਨਾ ਦਾ ਕੰਮ ਨਾ ਤਾਂ ਉਹ ਚੀਜ਼ ਤੁਸੀਂ ਆਰਾਮ ਨਾਲ ਸਿੱਖ ਲੋਗੇ ਠੀਕ ਆ ਉਹ ਤੁਸੀਂ ਛੇਤੀ ਸਿੱਖ ਲੋਗੇ ਜੇ ਤੁਸੀਂ ਮਤਲਬ ਕਿਸੇ ਤੋਂ ਸਿੱਖਦੇ ਹੋ ਵਧੀਆ ਤਰੀਕੇ ਨਾਲ ਤੇ ਫੇਰ ਪ੍ਰੈਕਟਿਸ ਕਰਦੇ ਹੋ ਫੇਰ ਮੇਰੇ ਹਿਸਾਬ ਨਾਲ ਤਿੰਨ ਤੋਂ 6 ਮਹੀਨੇ ਦਾ ਪ੍ਰੋਸੈਸ ਠੀ ਪਰ ਆਇਆ ਵੀ ਤਿੰਨ ਤੋਂ 6 ਮਹੀਨੇ ਤੁਸੀਂ ਲਾ ਕੇ ਉਦੋਂ ਸਾਰੀ ਉਮਰ ਕਮਾਉਂਦੇ ਹੋ ਠੀਕ ਆਪਾਂ ਜਦੋਂ ਦੱਸਦੇ ਐਜੂਕੇਸ਼ਨ ਸਿਸਟਮ 'ਚ ਜਾਂਦੇ ਆ ਤਾਂ ਤੁਸੀਂ ਆਮਨ ਕਿ ਚਲੋ ਵੀ ਘੱਟੋ ਘੱਟ ਆਪਾਂ 21-22 ਸਾਲਾਂ ਤੱਕ ਪੜ੍ਹਦੇ ਆ ਬਿਲਕੁਲ ਬਿਲਕੁਲ ਫੇਰ ਜਾ ਕੇ ਆਪਾਂ ਨੂੰ ਕੋਈ 30-35 ਹਜ਼ਾਰ ਦੀ ਜੌਬ ਮਿਲਦੀ ਆ ਉਹ ਵੀ ਕਿਸੇ ਨੂੰ ਮਿਲਦੀ ਆ ਕਿਸੇ ਨੂੰ ਨਹੀਂ ਮਿਲਦੀ ਪਰ ਇਹ ਚੀਜ਼ ਤੁਸੀਂ 6 ਮਹੀਨੇ ਜਾਂ ਸਾਲ ਲਾ ਲਿਆ ਤੇ ਸਿੱਖ ਗਏ ਫਿਰ ਸਾਰੀ ਉਮਰ ਕਮਾਉਂਦੇ ਹੋ ਤੇ ਉਹਦੇ ਕੋਈ ਲਿਮਟ ਨਹੀਂ ਹੈਗੀ ਸੈਲਰੀ ਦੀ ਲਿਮਟ ਹੋ ਸਕਦੀ ਆ ਪਰ ਇਹਦੀ ਕੋਈ ਲਿਮਟ ਨਹੀਂ ਠੀਕ ਆ ਤੇ ਬਾਈ ਤੁਸੀਂ ਇੱਕ ਕਿਤਾਬਾਂ ਦੀ ਗੱਲ ਕੀਤੀ ਆ ਹਾਂ ਜੀ ਤੇ ਤੁਹਾਡੇ ਅਕੋਰਡਿੰਗ ਤੋਂਡੀ ਮਤਲਬ ਕਿਹੜੀ ਤੁਹਾਨੂੰ ਬੁੱਕ ਬੈਸਟ ਲੱਗੀ ਜਿਹਨੇ ਮਤਲਬ ਤੁਹਾਨੂੰ ਇੰਨਾ ਜ਼ਿਆਦਾ ਐਕਸਾਈਟਡ ਕੀਤਾ ਇਸ ਇਧਰ ਮਾਰਕੀਟ ਜੇ ਮੈਂ ਮਾਰਕੀਟ ਦੇ ਵਿੱਚ ਗੱਲ ਕਰਾਂ ਮਤਲਬ ਤੁਸੀਂ ਮਾਰਕੀਟ ਬਾਰੇ ਜਾਣਕਾਰੀ ਲੈਂਦੇ ਆ ਜਿਹਨੇ ਮੈਨੂੰ ਐਕਸਾਈਟ ਕੀਤਾ ਮਾਰਕੀਟ ਚ ਆਉਣ ਵਾਸਤੇ ਉਹ ਅਲੱਗ ਬੁੱਕ ਸੀ ਤੋਂ ਮੋਟੀਵੇਸ਼ਨਲ ਸੀਗੀ ਰਿਚ ਡਾਟ ਕੋਡ ਡਾਟ ਪਰ ਜੇ ਤੁਸੀਂ ਮਾਰਕੀਟ ਬਾਰੇ ਬੁੱਕਸ ਪੜ੍ਹਨੀਆਂ ਨੇਗੀਆਂ ਫਿਰ ਮੇਰੇ ਹਿਸਾਬ ਨਾਲ ਇਹਦੇ ਵਿੱਚ ਇੱਕ ਹੈਗੀ ਆ ਕੈਂਡਲਸਟਿਕਸ ਦੀ ਬੁੱਕ ਆ ਜੀ ਜਪਨੀਜ਼ ਕੈਂਡਲਸਟਿਕ ਠੀਕ ਹੈ ਇਹ ਤੋਂ ਬਿਨਾ ਡੇ ਟ੍ਰੇਡਿੰਗ ਫॉर ਲਿਵਿੰਗ ਵੀ ਹੈਗੀ ਆ ਸਾਈਕੋਲੋਜੀ ਤੇ ਵੀ ਬੁੱਕਸ ਹੈਗੀਆਂ ਨੇ ਕੁਝ ਤਾਂ ਟਰੇਡਿੰਗ ਇਨ ਜ਼ੋਨਸ ਹੈਗੀ ਆ ਤਾਂ ਚਾਰ ਪੰਜ ਬੁੱਕਸ ਨੇ ਜਿਹੜੇ ਤੁਸੀਂ ਪੜ ਸਕਦੇ ਜਿੰਨਾ ਸੋਲੋ ਇੱਕ ਹੋਣਾ ਬੇਸਿਕ ਆਈਡੀਆ ਆ ਜੂ ਵੀ ਮਾਰਕੀਟ ਹੁੰਦੀ ਕੀ ਆ ਇਹਦੇ ਵਿੱਚ ਕੀ ਚੀਜ਼ਾਂ ਹੁੰਦੀਆਂ ਨੇਗੀਆਂ ਜਿਹੜੇ ਅਸੀਂ ਦੇਖਣੀਆਂ ਨੇ ਇਹ ਦੇਖਣ ਵਾਸਤੇ ਵੀ ਯਾਰ ਹੁਣ ਇੱਕ ਸ਼ੇਅਰ ਉੱਪਰ ਜਾਊਗਾ ਕਿ ਥੱਲੇ ਜਾਊਗਾ ਠੀਕ ਹੈ ਤੇ ਵੀ ਇੱਕ ਹੋਰ ਸਾਡੇ ਲੋਕਾਂ ਦੇ ਵਿੱਚ ਗੱਲ ਹੁੰਦੀ ਆ ਤੇ ਜ਼ਿਆਦਾਤਰ ਲੋਕ ਜਿੰਮੇ ਕੋਈ ਫੈਸਟੀਵਲ ਹੋ ਗਿਆ ਤਿਹਾਰ ਹੋ ਗਿਆ ਜਿਦਾ ਤਾਂ ਆਪਾਂ ਦੀਵਾਲੀ ਨੂੰ ਵੱਡਾ ਤਿਹਾਰ ਮੰਨਦੇ ਆਪਾਂ ਉਦੋਂ ਕਹਿੰਦੇ ਇੰਨੀ ਜ਼ਿਆਦਾ ਸ਼ੇਅਰ ਮਾਰਕੀਟ ਮਤਲਬ ਹੁੰਦੀ ਆ ਕਹਿੰਦਾ ਪਾਬ ਲੋਕ ਖਰੀਦਦੇ ਨੇ ਪਰ ਆਮ ਲੋਕੋ ਨੂੰ ਜੂਆ ਮੰਨਦੇ ਨੇ ਅੱਜ ਯਾਰ ਕਰੋੜਾਂ ਰੁਪਏ ਦਾ ਯਾਰ ਰੁਪਏ ਦਾ ਜੂਆ ਲੱਗ ਜੂਗਾ ਉਹ ਲੋਕ ਉਹ ਤਿਹਾਰ ਵਾਲੇ ਦਿਨ ਹੀ ਕਿਉਂ ਖਰੀਦਦੇ ਨੇ ਇੰਨੀ ਜ਼ਿਆਦਾ ਦੇਖੋ ਆਪਣੇ ਜਿਹੜਾ ਤਿਹਾਰ ਵਾਲੇ ਦਿਨ ਖਰੀਦੇ ਜਾਂਦਾ ਉਹ ਦੀਵਾਲੀ ਆ ਹਾਂਜੀ ਹਾਂ ਦੀਵਾਲੀ ਦਾ ਤਿਹਾਰ ਮਤਲਬ ਆਪਣੀ ਮਤਲਬ ਇੰਡੀਅਨ ਕਮਿਊਨਿਟੀ ਦੇ ਵਿੱਚ ਆਪਾਂ ਮੰਨਦੇ ਵੀ ਲਕਸ਼ਮੀ ਦਾ ਦਿਨ ਵੀ ਮਤਲਬ ਪੈਸੇ ਦਾ ਦਿਨ ਆ ਉਹ ਤੇ ਈਵਨ ਉਸ ਦਿਨ ਮਾਰਕੀਟ ਜੇ ਸੀ ਸੰਡੇ ਵੀ ਹੁੰਦਾ ਨਾ ਤਾਂ ਸੰਡੇ ਨੂੰ ਵੀ 1 ਘੰਟੇ ਵਾਸਤੇ ਮਾਰਕੀਟ ਖੋਲ੍ਹਦੀ ਆ ਓਕੇ ਉਹਨੂੰ ਮਹੂਰਤ ਟਰੇਡਿੰਗ ਕਹਿੰਦੇ ਆ ਠੀਕਾ ਉਹਦੇ ਵਿੱਚ ਲੋਕਾਂ ਦੀ ਇਹ ਸੋਚ ਨਾ ਲਾਉਂਦੇ ਨੇ ਵੀ ਯਾਰ ਮੈਂ ਅੱਜ ਇਨਵੈਸਟਿੰਗ ਕਰਨੀ ਆ ਨਾ ਕਿ ਟਰੇਡਿੰਗ ਕਰਨੀ ਆ ਵੀ ਅੱਜ ਮੈਂ ਪੈਸੇ ਲਾ बाद में बेचूंगा मैं आप भी जब दिवाली आई सीगी ता मैं एक शेयर लिया इसमें नाम भी दास देना गोल्डियम शेयर लिया सी मैं ठीक है 143 रुपए पे ठीक है ते ओनु मैं लगभग अम एक्चुअली भी 10 ਦਿਨਾਂ ਦੇ ਵਿੱਚ 15 ਦਿਨਾਂ ਦੇ ਵਿੱਚ 182 روپے ਤੇ ਕੱਟ ਤਾ ਓਕੇ ਤਾਂ ਉਦੋਂ ਲੋਕ ਪੈਸਾ ਲਾਉਂਦੇ ਨੇ ਵੀ ਮੈਂ ਇਨਵੈਸਟਿੰਗ ਕਰੂੰਗਾ ਕਈ ਲੌਂਗ ਟਰਮ ਵਾਸਤੇ ਵੀ ਕਰਦੇ ਨੇ ਮੈਂ ਸ਼ਾਰਟ ਟਰਮ ਵਾਸਤੇ ਕੀਤੀ ਸੀਗੀ ਬਸ ਇੱਕ ਸਾਈਕੋਲੋਜੀ ਆ ਵੀ ਆ ਇਦਨ ਕੰਮ ਕਰਨਾਗਾ ਹੁਣ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਤੁੱਕਾ ਲਾਉਂਗੇ ਕਿ ਤੁਸੀਂ ਉਹਨੂੰ ਤਰੀਕੇ ਨਾਲ ਕਰਦੇ ਹੋ ਮੰਨ ਲਓ ਇਨਵੈਸਟਿੰਗ ਕਰਨੀ ਹੈ ਪਹਿਲਾਂ ਕੰਪਨੀ ਦੇਖਣੀ ਹੈ ਸਾਰਾ ਕੁਝ ਦੇਖਣਾ ਹੁੰਦਾ ਫੇਰ ਕਰੋਗੇ ਫਿਰ ਤਾਂ ਠੀਕ ਆ ਜੇ ਤੁਸੀਂ ਉਹੀ ਜਾ ਕੇ ਕਹਿੰਦਾ ਭਾਈ ਰਿਲਾਇੰਸ ਨੂੰ ਵਧੀਆ ਲੱਗਦਾ ਜਾਂ ਅਡਾਨੀ ਦੇ ਸ਼ੇਅਰ ਵਧੀਆ ਲੱਗਦੇ ਨੇ ਉਹ ਦੇਖੋ ਦੇਖੀ ਉਹ ਖਰੀਦ ਲੈ ਦੇਖੋ ਦੇਖੀ ਖਰੀਦ ਲੈ ਫਿਰ ਉਹਦੀ ਕੋਈ ਬਾਲੀ ਲਾਈਫ ਨਹੀਂ ਹੁੰਦੀ ਠੀਕ ਆ ਉਹ ਥੋੜੇ ਟਾਈਮ ਦਾ ਪ੍ਰੋਸੈਸ ਹੁੰਦਾਗਾ ਠੀਕ ਠੀਕ ਤੇ ਵੀ ਇੱਕ ਇਹਦੇ ਵਿੱਚ ਹੋਰ ਵੀ ਸਵਾਲ ਆਉਂਦਾ ਮਨ 'ਚ ਵੀ ਆਪਾਂ ਨੂੰ ਲੌਂਗ ਟਾਈਮ ਲਈ ਸ਼ੇਅਰ ਵਯਾਰ ਮਤਲਬ ਵਿੱਚ ਰਹਿਣਾ ਚਾਹੀਦਾ ਜਾਂ ਇੱਕ ਸ਼ਾਰਟ ਟਾਈਮ ਦੇ ਲਈ ਦੇਖੋ ਕਹਿਣ ਨੂੰ ਦੋਨੋਂ ਵਧੀਆ ਨੇ ਮੈਂ ਜਦੋਂ ਮਾਰਕੀਟ ਦੇ ਵਿੱਚ ਆਇਆ ਸੀਗਾ 2011-12 ਦੇ ਵਿੱਚ ਹਨਾ ਉਦੋਂ ਕੀ ਸੀਗਾ ਵੀ ਮੈਂ ਸੋਚਿਆ ਮੈਂ ਇਨਵੈਸਟਿੰਗ ਕਰਾਂ ਪਹਿਲਾਂ ਵੀ ਮੈਂ ਲੰਬੇ ਸਮੇਂ ਬਾਅਦ ਸੇ ਪੈਸੇ ਲਾਵਾ ਪਰ ਆਪਾਂ ਮੈਂ ਕੀ ਦੇਖਿਆ ਯਾਰ ਮੈਨੂੰ ਪੈਸੇ ਤਾਂ ਹੋਣ ਚਾਹੀਦੇ ਨੇ ਵੀ ਅੱਜ ਮੈਂ ਮੰਨ ਲਓ ਪੈਸੇ ਲਾ ਦਨਾ ਉਦੋਂ ਪੈਸੇ ਹੈ ਵੀ ਨਹੀਂ ਸੀ ਬਾਲੇ ਮੰਨ ਲਓ ਮੈਂ 8000 ਰੁਪਏ ਕਮਾਉਂਦਾ ਸੀ 8000 ਮੈਂ ਕਿੰਨੇ ਲਾ ਦਿੰਦਾ 2000 ਲਾ ਦਿੰਦਾ 3000 ਲਾ ਦਿੰਦਾ ਮੈਂ ਸੋਚਿਆ ਵੀ ਅੱਜ ਦੋ ਦੋ ਤਿੰਨ ਤਿੰਨ ਹਜ਼ਾਰ ਲਾਉਂਗਾ ਤੇ 10-15 ਸਾਲਾਂ ਬਾਅਦ ਵਾਪਿਸ ਆ ਕੇ ਰੱਖੂਗਾ ਉਹ ਕਿਹਨੇ ਦੇਖਿਆ ਚਾ ਠੀਕ ਹੈ ਡੇ ট্রেਡਿੰਗ ਕੀ ਹੁੰਦੀ ਆ ਵੀ ਆਪਾਂ ਅੱਜ ਸੌਦਾ ਲਿਆ ਤੇ ਅੱਜ ਹੀ ਉਹਨੂੰ ਵੇਚ ਤਾ ਜਾਂ ਇੱਕ ਸਵਿੰਗ ਟ੍ਰੇਡਿੰਗ ਹੁੰਦੀ ਆ ਜਿਹਦੇ ਵਿੱਚ ਮੈਂ ਲਾ ਆਪਾਂ ਚੀਜ਼ ਲਈ ਉਹਨੂੰ ਕੁਝ ਹਫ਼ਤਿਆਂ ਵਾਸਤੇ ਰੱਖਿਆ ਤੇ ਉਦੋਂ ਵੇਚ ਦਿੰਨੇ ਆ ਤਾਂ ਉਦੋਂ ਮੈਂ ਸ਼ੁਰੂ ਦੇ ਵਿੱਚ ਜੌਬ ਕਰਦਾ ਸੀ ਨਾਲ ਨਾਲ ਤਾਂ ਕਰਕੇ ਮੈਂ ਜ਼ਿਆਦਾ ਸਵਿੰਗ ਟ੍ਰੇਡਿੰਗ ਕਰਦਾ ਸੀ ਤੇ ਇੰਟਰਾਡੇ ਮੈਂ ਕਰਦਾ ਹੁੰਦਾ ਸੀ ਕਮੋਡਿਟੀ ਦੇ ਵਿੱਚ ਉਦੋਂ ਮੈਂ ਡੇ ਟ੍ਰੇਡਿੰਗ ਕੀਤੀ ਤਾਂ ਡੇ ਟ੍ਰੇਡਿੰਗ ਤੋਂ ਪੈਸੇ ਆ ਗਏ ਠੀਕ ਠਾਕ ਚੱਲ ਪਿਆ ਵਧੀਆ ਕਮਾਈ ਪੈਸੇ ਹੈਗੀਆਂ ਦੋਨੋਂ ਸੇਵ ਨਹੀਂ ਗਏ ਪਰ ਸੁਣ ਕਰਨ ਦਾ ਤਰੀਕਾ ਹੋਣਾ ਚਾਹੀਦਾ ਮੈਂ 3 ਸਾਲ ਲਾਇ ਸਿੱਖਿਆ ਫੇਰ ਕਮੋਲ ਲੱਗਿਆ ਪਹਿਲਾਂ ਮੈਂ ਵੀ ਪੈਸੇ ਗਵਾਏ ਠੀਕ ਹੈ ਤੇ ਉਸ ਤੋਂ ਬਾਅਦ ਜੇ ਮੈਂ ਹੁਣ ਦੀ ਗੱਲ ਕਰਾਂ ਤਾਂ ਅੱਜ ਮੈਂ ਇਨਵੈਸਟਿੰਗ ਵੀ ਕਰਦਾ ਕਿਉਂਕਿ ਮੇਰੇ ਕੋਲ ਚਾਰ ਪੈਸੇ ਹੈਗੇ ਨੇਗੇ ਤੇ ਮੈਂ ਟ੍ਰੇਡਿੰਗ ਵੀ ਕਰਦਾ ਮੈਂ ਦੋਨੋਂ ਚੀਜ਼ਾਂ ਕਰਦਾ ਦੋਨੋਂ ਚੀਜ਼ਾਂ ਜੇ ਮੇਰੀ ਆਪਾਂ ਤੁਹਾਡੀ ਸਟਾਰਟਿੰਗ ਦਾ ਦੌਰ ਲਈਏ ਠੀਕ ਹੈ ਤੁਹਾਡੀ ਸ਼ੁਰੂਆਤ ਕਿਵੇਂ ਹੁੰਦੀ ਉਹ ਉਸ ਸਮੇਂ ਹਾਲਾ ਉਸ ਸਮੇਂ ਤੁਸੀਂ ਆਪੇ ਦੇਖੋ ਵੀ ਮੈਂ ਕੈਨ ਨੂੰ ਤਾਂ ਮੈਂ ਬੀਟੈਕ ਬੈਕਗਰਾਉਂਡ ਤੋਂ ਸੀਗਾ ਮਤਲਬ ਮੈਂ ਬੀਟੈਕ ਕੀਤੀ ਵੀ ਆ ਇੱਕ ਵਧੀਆ ਕੁਆਲਿਫੀਕੇਸ਼ਨ ਸੀਗੀ ਪਰ ਜੇ ਤੁਸੀਂ ਜੌਬ ਦੀ ਗੱਲ ਕਰੋ ਤਾਂ ਬਾਲਾ ਬੁਰਾ ਹਾਲ ਸੀਗਾ ਮੈਂ ਇਵਨ ਤੁਹਾਨੂੰ ਇੱਕ ਦੱਸਦਾ ਵੀ ਮੈਂ ਚੰਡੀਗੜ੍ਹ ਗਿਆ ਜੌਬ ਲੈਣ ਵਾਸਤੇ ਠੀਕ ਆ ਤੇ ਜਦੋਂ ਮੈਂ ਇੰਟਰਵਿਊ ਦਿੱਤੀ ਚੰਡੀਗੜ੍ਹ ਤੇ ਉਹ ਮੈਨੂੰ ਕਹਿੰਦੇ ਵੀ ਉਹਨਾਂ ਨੇ ਮੈਨੂੰ ਸਾਰਾ ਕੁਝ ਪੁੱਛਿਆ ਮੇਰੇ ਬਾਰੇ ਤੇ ਸਾਰੀ ਗੱਲਬਾਤ ਹੋ ਗਈ ਸਾਡੀ ਜਦੋਂ ਪੈਸਿਆਂ ਦੀ ਗੱਲ ਆਈ ਉਹਨਾਂ ਨੇ ਮੈਨੂੰ ਕਿਹਾ ਵੀ ਤੇਰੇ ਆਉਣ ਦਾ ਟਾਈਮ ਹੈਗਾ 8 ਵਜੇ ਓਕੇ ਤੇ ਤੇਰੇ ਜਾਣ ਦਾ ਕੋਈ ਟਾਈਮ ਨਹੀਂ ਤੈਨੂੰ ਕੰਪਨੀ ਚ 9 ਵੀ ਵਾ ਸਕਦੇ ਆ ਤੈਨੂੰ 10 ਵੀ ਵਾ ਸਕਦੇ ਆ ਠੀਕ ਆ ਮੈਂ ਕਹਿੰਦਾ ਚਲੋ ਕੋਈ ਗੱਲ ਨਹੀਂ ਵੀ ਤੁਸੀਂ ਮੈਨੂੰ ਸੈਲਰੀ ਕਿੰਨੀ ਦੋਗੇ ਉਹ ਮੈਂ ਕਹਿੰਦੇ ਤੁਸੀਂ ਸੈਲਰੀ ਤੈਨੂੰ ਦਵਾਂਗੇ 12000 ਰੁਪਏ ਕੁੱਲਮੀਨਾ ਸੁਵੀ ਚੰਡੀਗੜ੍ਹ ਚ ਰਹਿਣਾ ਵੀ ਯਾਰ 12000 ਮੈਂ ਕਮਾਉਂਗਾ ਤਾਂ ਇਹਦਾ ਮਤਲਬ ਤਾਂ ਬਸ ਮੈਂ ਆਪਦਾ ਖਰਚੇ ਤੇ ਸੇਵਾ ਹੀ ਕਰੂੰਗਾ ਉਹਨਾਂ ਵਾਸਤੇ ਸੇਵਾ ਹੀ ਤਾਂ ਮੈਂ ਕੁੱਲਮ ਲੱਗ ਦੇਖਿਆ ਵੀ ਯਾਰ ਮੇਰੇ ਕੋਲ ਕੱਢਣ ਪਾਉਣ ਨੂੰ ਕੁਛ ਹੈ ਨਹੀਂ ਦੂਜੀ ਗੱਲ ਕੀ ਸੀਗਾ ਵੀ ਫਾਈਨੈਂਸ਼ੀਅਲ ਕੰਡੀਸ਼ਨਾਂ ਠੀਕ ਠੀਕ ਸੀਗੀਆਂ ਪੇਰੈਂਟਸ ਨੇ ਤਾਂ ਕੁਝ ਉਹਨਾਂ ਨੇ ਕਿ ਮੈਨੂੰ ਪਹਿਲਾਂ ਹੀ ਕਹਤਾ ਸੀ 12ਵੀਂ ਦੇ ਵਿੱਚ ਵੀ ਜਾਂ ਤਾਂ ਤੂੰ ਪੈਸੇ ਕਮਤੇ ਲਾ ਲ ਆਪਦੇ ਜਾਂ ਫਿਰ ਤੂੰ ਪੜ੍ਹਾਈ ਤੇ ਲਵਾ ਲਾ ਉਦੋਂ ਬਾਅਦ ਸਾਡੇ ਕਿਨੂੰ ਝਾਕ ਨਾ ਰੱਖੇ ਠੀਕ ਹੈ ਮੈਨੂੰ ਸਾਫ਼ ਸ਼ਬਦਾਂ ਵਿੱਚ ਕਿਹਾ ਹੋਇਆ ਸੀਗਾ ਮਤਲਬ ਜਿਵੇਂ ਜਦੋਂ हां ਸਾਨੂੰ ਕੀ ਦੱਸ ਦੱਸ ਨਾ ਸਾਨੂੰ ਲੈ ਆ ਜਾ ਕਿ ਚੱਲ ਅੱਛਾ ਠੀਕ ਠੀਕ ਵੀ ਜੇ ਤੱਕ ਪੈਸੇ ਹੈਗੇ ਨਹੀਂ ਲਿਆ ਮੈਂ ਫਸ ਜਿਹੜਾ ਕੁਛ ਹੈਗਾ ਲਈ ਜਾ ਉਹ ਲੈ ਲਿਆ ਨਾ ਤਾਂ ਫਿਰ ਮੈਂ ਜਾ ਕੇ ਫਾਈਨਲੀ ਸੋਚਿਆ ਵੀ ਯਾਰ ਮੈਨੂੰ ਪੈਸੇ ਤਾਂ ਕਮਾਉਣੇ ਪੈਣੇ ਜਿਵੇਂ ਜੌਬ ਕਰੂੰਗਾ ਤਾਂ ਕੁਛ ਨਿਕਦਮ ਪਾਉਣ ਨੂੰ ਪਾਜਿੰਦਾ 10 ਸਾਲਾਂ ਹੀ ਗੋਡੇ ਘੜੀਸੇ ਜਾਊਗਾ ਤਾਂ ਕਿਤੇ ਆ ਕੇ ਮੈਂ ਸੋਚਿਆ ਵੀ ਯਾਰ ਫਾਈਨਲੀ ਵੀ ਸ਼ੇਅਰ ਮਾਰਕੀਟ ਮੈਨੂੰ ਠੀਕ ਲੱਗੀ ਵੀ ਇਹ ਕਿਹ ਹੈ ਜੀ ਜਗ੍ਹਾ ਜਿੱਥੋਂ ਮੈਂ ਜਿੰਨੇ ਮਰਜ਼ੀ ਪੈਸੇ ਕਮਾ ਸਕਾਂ ਹੂੰ 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 ਮੈਨੂੰ ਆਇਆ ਲੱਗਦਾ ਮੈਂ ਜੌਬ 'ਚ ਹੁੰਦਾ ਤਾਂ ਮੈਂ ਅੱਜ ਕਿਤੇ ਵੀ ਨਹੀਂ ਹੁੰਦਾ ਠੀਕ ਤੇ ਭਾਈ ਜਦੋਂ ਤੁਸੀਂ ਇੱਧਰ ਆਏ ਮਤਲਬ ਸ਼ੇਅਰ ਬਿਜਾਰ ਕੇ ਆਈ ਦੀ ਆਪਾਂ ਤਾਂ ਆਪਣੇ ਘਰ ਦੇ ਅੰਦਰ ਤਾਂ ਉਹ ਚੀਜ਼ ਜਿਹੜੇ ਡਾਊਟ ਹੁੰਦਾ ਹੀ ਸ਼ੱਕ ਹੁੰਦਾ ਹੀ ਕਈ ਵਾਰੀ ਆਪਾਂ ਦਾ ਵੀ ਮਨ ਖਵਰਾ ਜਾਂਦਾ ਵੀ ਯਾਰ ਮਾਰਕੀਟ ਕਦੇ ਆਪ ਕਦੇ ਡਾਊਨ ਆ ਜਿਵੇਂ 20 ਜਾਂ 5000 ਰੁਪਏ ਲਾ ਰਹੇ ਆ ਤੁਸੀਂ ਗੱਲ ਕਰ ਰਹੇ ਹੋ ਵੀ 8000 ਰੁਪਏ ਆਪ ਨੂੰ ਮੱਸੀ ਜੁੜ ਰਿਹਾ ਜਮਾ ਜਮਾ ਜਿਹੜੇ ਬੰਦੇ ਨੂੰ 8000 ਮੱਸੀ ਜੁੜਦਾ ਹੋਵੇ ਜੇ ਆਪਾਂ 10000 ਲਾ ਦੀਏ ਆਪਣੀ ਰਾਤਾਂ ਦੀ ਨੀਂਦ ਟੁੱਟ ਜਾਂਦੀ ਨੀਂਦ ਟੁੱਟ ਜਾਂਦੀ ਹਾਂ ਵੀ ਯਾਰ ਆਪਣਾ ਅਗਲੇ ਸਮੇਂ ਦੇ ਪਤਾ ਨਹੀਂ ਕੀ ਹੋਵੇ ਉਦੋਂ ਜਾਂ ਫਰੈਂਡ ਸਰਕਲ ਦਾ ਜਾਂ ਰਿਸ਼ ਕਰੇ ਵੀ ਮਾ ਪਿਓ ਦਾ ਉਹ ਉਸ ਸਮੇਂ ਕੀ ਰੁਕਸੀ ਕਹਿ ਦਈ ਵੀ ਉਹ ਉਹਨਾਂ ਨੇ ਕਿੰਨਾ ਕੁ ਤੁਹਾਨੂੰ ਰੋਕੇ ਜਾਂ ਆਪਣੇ ਮਨ ਚ ਕਿੰਨਾ ਕੁ ਡਰਤੀ ਵੀ ਕੰਮ ਜਾਗੂ ਸੀ ਆਏ ਮਨ ਕੇ ਚੱਲੋ ਵੀ ਮਤਲਬ ਮੈਂ ਜੋ ਉਦੋਂ ਦੀ ਗੱਲ ਨੂੰ ਛੱਡਦਾ 2011 12 ਦੀ ਗੱਲਾਂ ਨੇ ਉਹ ਤਾਂ ਨਾ ਮੇਰੇ ਪੇਰੈਂਟਸ ਬਹੁਤ ਮਤਲਬ ਸੋਚੋ ਵੀ ਕਦੋਂ ਦੇ ਬਰਤ ਹੋਣਾ ਉਹਨਾਂ ਨੇ ਬਹੁਤ ਉਹਨਾਂ ਨੇ ਪੁਰਾਣਾ ਸਮਾਂ ਦੇਖਿਆ ਸੀਗਾ ਨਾ ਤਾਂ ਉਹਨਾਂ ਨੇ ਤਾਂ ਮੈਨੂੰ ਕਹਿਣਾ ਹੀ ਕਹਿਣਾ ਸੀ ਉਹ ਕਹਿੰਦੇ ਵੀ ਤੂੰ ਕਿੱਧਰ ਨੂੰ ਤੁਰ ਪਿਆ ਤੈਨੂੰ ਉਸ ਬੀ ਟੈਕ ਤਾਂ ਕਰਾਈ ਸੀ ਤੂੰ ਇੱਧਰ ਕੰਮ ਕਰੇਗਾ ਅੱਜ ਦੇ ਸਮੇਂ ਦੇ ਵਿੱਚ ਮੇਰੇ ਕੋਲ ਜਵਾਕ ਆਉਂਦੇ ਨੇ ਸਿੱਖਣ ਵਾਸਤੇ ਨਵੇਂ ਜਵਾਕ ਜਿਹੜੇ ਕੋਈ ਗ੍ਰੈਜੂਏਸ਼ਨ ਕਰ ਰਿਹਾ ਤਾਂ ਉਹਨਾਂ ਦੇ ਘਰਦਿਆਂ ਨੂੰ ਵੀ ਆਇ अच्छा जी हां जी ठीक है ता वो भी ਕਰੇ ਦੱਸ ਕੇ ਨਹੀਂ ਹੁੰਦੇ ਕਿਉਂਕਿ ਆਪਣੇ ਪੇਰੈਂਟਸ ਨੇ ਜਿਹੜਾ ਸਮਾਂ ਦੇਖਿਆ ਵਿਆ ਜਾਂ ਉਹਨਾਂ ਨੇ ਜਿਹੜੀ ਗੱਲਾਂ ਸੁਣੀਆਂ ਸੁਨਾਈਆਂ ਨੇ ਠੀਕ ਆ ਉਹਨਾਂ ਨੂੰ ਇਹ ਲੱਗਦਾ ਵੀ ਜਿਹੜਾ ਸ਼ੇਅਰ ਮਾਰਕੀਟ ਆ ਤਾਂ ਸੱਟਾ ਦਾ ਸੱਟਾ ਵੀ ਇਹਦੇ ਵਿੱਚ ਬੰਦਾ ਜਾਊਗਾ ਪੈਸੇ ਲਾਊਗਾ ਤੇ ਗਵਾ ਕੇ ਆਜੂਗਾ ਠੀਕ ਹਾਂ ਉਹਨਾਂ ਨੇ ਨਾ ਤਾਂ ਉਹ ਚੀਜ਼ ਨੂੰ ਪਰਖਿਆ ਨਾ ਉਹਨੂੰ ਦੇਖਿਆ ਨੇੜਿਓਂ ਕੁਝ ਵੀ ਨਹੀਂ ਕੀਤਾ ਮੈਨੂੰ ਵੀ ਮੇਰੇ ਇਸ ਟਾਈਮ ਤੇ ਇਹੀ ਸੀਗਾ ਵੀ ਯਾਰ ਮਤਲਬ ਮੈਂ ਦੱਸਦਾ ਹੀ ਨਹੀਂ ਸੀ ਕਿਸ ਨੂੰ ਹੂੰ 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 ਮੈਂ ਜੋਬ ਕਰਦਾ ਸੀਗਾ ਤੇ ਮੈਂ ਤਾਂ ਕਿਸੇ ਨੂੰ ਦੱਸਦਾ ਹੀ ਨਹੀਂ ਸੀ ਮੈਂ ਸ਼ੇਅਰ ਮਾਰਕੀਟ ਕਰਦਾ ਮੈਂ ਤਾਂ ਘਰਦਿਆਂ ਨੂੰ ਵੀ ਨਹੀਂ ਦੱਸਿਆ ਸੀ ਬਾਲਾ ਠੀਕ ਆ ਮਾੜਾ ਮੋਟਾ ਜਾ ਕੇ ਜਦੋਂ ਪੈਸਿਆਂ ਦੀ ਲੋੜ ਸੀਗੀ ਉਹਨਾਂ ਨੂੰ ਕਿਹਾ ਪਏ ਮੈਨੂੰ ਪੈਸੇ ਦੇ ਦਿਓ ਕਹਿੰਦੇ ਕਾਦੇ ਵਾਰ ਸੁਣ ਮੈਂ ਕਿਹਾ ਵੀ ਐਂ ਲਾਉਣੇ ਨੇ ਕਹਿੰਦੇ ਦੇਖ ਕੇ ਲੈ ਕਿਤੇ ਖਰਾਬ ਨਾ ਕਰ ਦੇ ਤਾਂ ਮਤਲਬ ਮੈਂ ਤਾਂ ਦੋਸਤਾਂ ਮ ਮੂਹ ਤੇ ਕੁਝ ਨਹੀਂ ਕਹਿੰਦੇ ਸੀ ਪਿੱਠ ਪਿੱਛੇ ਸ਼ਾਇਦ ਕੁਝ ਬਹੁਤ ਕੁਝ ਕਹਿੰਦੇ ਹੋਣਗੇ ਵੀ ਇਹ ਕੀ ਕਰੀ ਜਾਂਦਾਗਾ ਪਰ ਅੱਜ ਉਹੀ ਦੋਸਤ ਮੈਂ ਉਸ ਨੂੰ ਸਹੀ ਗੱਲ ਦੱਸਦਾ ਵੀ ਉਹ ਮੈਨੂੰ ਪੁੱਛਦੇ ਨੇ ਵੀ ਯਾਰ ਅਸੀਂ ਕਿਹੜੇ ਸ਼ੇਅਰ 'ਚ ਪੈਸੇ ਲਾਈਏ ਵਾਹ ਜੀ ਉਹ ਲੋਕ ਜਿਹੜੇ ਕੈਨੇਡਾ ਬੈਠੇ ਨੇਗੇ ਠੀਕ ਆ ਉਹ ਕੈਨੇਡਾ ਤੋਂ ਵੀ ਫੋਨ ਕਰਦੇ ਨੇਗੇ ਵੀ ਯਾਰ ਜਾ ਤਾਂ ਸਾਡੇ ਪੈਸੇ ਫੜ ਕੇ ਲਾ ਦੇ ਵੀ ਯਾ ਸਾਨੂੰ ਆਹ ਦੱਸ ਦੇ ਵੀ ਅਸੀਂ ਕਿੱਥੇ ਲਾਈਏ ਕਿਵੇਂ ਲਾਈਏ ਵੀ ਤੂੰ ਯਾਰ ਕਰ ਕੋ ਸਾਡਾ 4-5 ਪੈਸਾ ਨੂੰ ਵਧੀਆ ਬਣ ਜਾਣਗੇ ਤੇ ਉਹੀ ਦੋਸਤ ਨੇ ਜਿਹੜੇ ਕਿਸੇ ਟਾਈਮ ਤੇ ਆਏ ਸੋਦੇ ਨੇ ਵੀ ਯਾਰ ਇਹਨੂੰ ਤੋਂ ਇਹ ਤਾਂ ਕਿਸੇ ਹੋਰ ਪਾਸੇ ਗੱਲ ਤੇ ਬਰਬਾਦ ਹੋ ਜੂਗੀ ਇਹ ਸੰਗਤ ਗਲਤ ਸਾਂ ਹਾਂ ਅਜੇ ਵੀ ਮੇਰੇ ਕਈ ਰਿਸ਼ਤੇਦਾਰ ਸੋਚਦੇ ਨੇ ਮੈਨੂੰ ਮਤਲਬ ਜਦੋਂ ਕਿ ਮੈਂ ਵਧੀਆ ਲੈਵਲ ਤੇ ਆ ਫਿਰ ਵੀ ਉਹ ਕਈ ਵਾਰ ਸੋਚਣਗੇ ਉਹ ਵੀ ਤੂੰ ਹਰਸ਼ ਦੇਖ ਕੇ ਮੜਾ ਜਾ ਤੇ ਹੋਰ ਨਾ ਗੜਬੜ ਕਰਨੀ ਕਿਉਂਕਿ ਉਹਨਾਂ ਨੇ ਸੁਣਿਆ ਹੀ ਉਹ ਆ ਸ਼ੇਅਰ ਮਾਰਕੀਟ ਵਾਲਾ ਉਹ ਜੂਆ ਜਿਹੇ ਸ਼ਬਦ ਜਮਾ ਉਹ ਲੋਕਾਂ ਨੇ ਜੂਆ ਸੁਣਿਆ ਤੇ ਜੂਆ ਮੰਨ ਲਿਆ ਤੇ ਗੱਲ ਖਤਮ ਕਰ ਗਏ ਉਹਨੂੰ ਕਦੇ ਚੀਜ਼ ਦੇਖੀ ਨਹੀਂ ਵੀ ਤੁਸੀਂ 100 ਰੁਪਏ ਲਾ ਕੇ ਤਾਂ ਦੇਖੋ ਕਦੇ ਵੀ ਚੀਜ਼ ਕੀ ਜਾਓ ਨਹੀਂ ਦੇਖਿਆ ਲੋਕਾਂ ਨੇ